ਹੈਲੋ ਵੇਟ ਵੈਲਕਮ ਗਾਇਸ ਆਈ ਹੋਤੀ ਸਾਰੇ ਘੈਂਟ ਹੋਗੇ ਗਾਇਸ ਆਪਾਂ ਪੂਰੇ ਘੈਂਟਾ ਵਧੀਆ ਤੇ ਗਾਇਸ ਪਿਛਲੇ ਵਲੌਗ ਚ ਤੁਸੀਂ ਦੇਖਿਆ ਕਿ ਆਪਾਂ ਟਰੈਕਟਰ ਦੀ ਜਿਹੜੀ 2 ਮਹੀਨੇ ਪਹਿਲਾਂ ਮੋਡੀਫਿਕੇਸ਼ਨ ਕੀਤੀ ਸੀ ਉਹ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਬਾਕੀ ਹੁਣ ਅੱਗਾ ਗਾ ਪੇਟੀ ਦੇ ਪੇਟੀ ਬੇਸ ਵਾਲੀ ਮੂਜੀ ਸਿਸਟਮ ਦੇ ਕੰਮ ਕਰਨਾ ਹੈ ਤੇ ਉਹ ਵਲੌਗ ਚ ਅੱਗਾ ਗਾ ਤੁਹਾਨੂੰ ਦੇਖਣ ਨੂੰ ਮਿਲੀ ਜਾਊਗਾ ਵਲੌਗ ਨੂੰ ਐਂਟਰ ਕਰਕੇ ਜਰੂਰ ਦੇਖਿਓ ਸਕਿਪ ਪਾ ਕਰ ਜਿਹੜੇ ਚੈਨਲ ਤੇ ਨਾਮ ਹੈ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਕੀ ਕੱਲ ਆਪਾਂ ਤੁਹਾਨੂੰ ਦੱਸਿਆ ਤਾਂ ਐਂਡ ਦੇ ਵਲੌਗ ਦੇ ਵਿੱਚ ਜੇ ਤੁਸੀਂ ਦੇਖਿਆ ਹੋਇਆ ਕਿਸੇ ਨੇ ਤੇ ਅੱਧੇ ਨੇ ਦੇਖਿਆ ਅੱਧੇ ਨੇ ਨਹੀਂ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਆਪਾਂ ਫੇਰ ਦੱਦੀ ਇੱਕ ਵਾਰ ਤੇ ਨਿਊ ਲਾਈਟ ਲਾਣੀ ਦੀ ਫਰੰਟ ਸਾਈਡ ਤੇ ਜਿਹੜਾ ਕਿ ਵਾਪਰ ਤੋਂ ਥੱਲੇ ਉਹ ਤੁਹਾਨੂੰ ਦੱਸਦੇ ਆ ਲਾਤੀ ਵੀ ਉਦਾਂ ਤੇ ਸਪੀਕਰ ਵੀ ਖੋਲ ਤੇ ਵੇ ਆਪਾਂ ਦੋ ਓਵਲ ਜਿਹੜੇ ਲਾਈਵ ਤੇ ਓਨਲੀ ਉਹ ਖੋਲ ਤੇ ਵੇ ਤੇ ਉਹ ਵੀ ਸਾਨੂੰ ਦੱਸਦੇ ਆ ਅੰਦਰ ਰੱਖਦੇ ਵੇ ਤੇ ਪਹਿਲਾ ਲਾਈਟ ਦੱਸਦੇ ਆ ਕਨੈਕਸ਼ਨ ਸਾਰਾ ਕਰਤਾ ਵਾ ਓਨਲੀ ਓਕੇ ਦੀ ਰਿਪੋਰਟ ਹੈ ਕੱਲ ਫੇ ਰਾਤ ਹੋ ਗਈ ਸੀ ਰਾਤ ਕਰਦਾ ਤਾਂ ਮੈਂ ਤੇ ਫਿਰ ਮੈਂ ਕਿ ਇਹਦੀ ਬੈਟਰੀ ਜਮੇ ਡਾਉਨ थी ਤੇ ਮੇਰੇ ਹਿਸਾਬ ਨਾਲ 1.5 ਦਿਨ ਕੱਢ ਜਾਂਦਾ ਚਾਰਜ ਤੇ 1.5 ਦਿਨ ਚਾਰਜ ਨਹੀਂ ਆਇਆ ਮੈਂ ਤੇ ਹੁਣ ਫੁੱਲ ਲੈਣ 90 ਸੈਂਟਾਂ ਬੈਟਰੀ ਤੇ ਉਹ ਤੁਹਾਨੂੰ ਦੱਸਦਾ ਤੇ ਹੋ ਹੋਵੇ ਗਾਇਸ ਤੇ ਲਾਈਟ ਕਰਕੇ ਚੈੱਕ ਅੱਜ ਗਈ ਨਹੀਂ ਉਹ ਇੱਧਰ ਆਸੀ ਇੱਕ ਵਾਰ ਉਹ ਸਾਰਾ ਰਹਿ ਗਿਆ ਥੋੜਾ ਜਿਹਾ ਇੱਥੇ ਫੈਵੀਕ ਲੱਗਿਆ ਕਰਦਾ ਨਹੀਂ ਓਕੇ ਰਿਪੋਰਟ ਤੇ ਆ ਥੋੜਾ ਜਿਹਾ ਇੱਥੇ ਫੈਵੀਕ ਵੀ ਰਹਿ ਗਿਆ ਇੱਦਾਂ ਲਾਣੀ ਨਾ ਨਾ ਚਿੰਬੜਦੀ ਨਹੀਂ ਕੱਲ ਬਹੁਤ ਔਖੀ ਹੋ ਕੇ ਥੋੜੀ ਜੰਬੜਾਈ ਤੇ ਬਾਕੀ ਆਵੜੇ ਕੋਲ ਕੀਰਤ ਡਰਾਈਵਰ ਪੁੱਜ ਵੀ ਗਿਆ ਵਾ ਤੇ ਅੱਜ ਘਟੋ ਘਟ ਦੋ ਬਲੌਗ ਸ਼ੂਟ ਹੋਣੇ ਅੱਜ ਅੱਜ ਆਪਾਂ ਪੇਟੀ ਲਾ ਦੇਣੀ ਜਿੰਨਾ ਕੰਮ ਹੋ ਗਿਆ ਅੱਜ ਹੋ ਗਿਆ ਨਹੀਂ ਤਾਂ ਕੱਲੂ ਤੇ ਕੱਲੂ ਵੀ ਦੇਖਦਾ ਜਾ ਫਿਰ ਰਾਤੋਂ ਰਾਤ ਖਿੱਚਦਾ ਨਾ ਕੰਮ ਡੰਨ ਕਰ ਦੇਣਾ ਅੱਜ ਹਾਂ ਡੰਨ ਕਰ ਲੈਣਾ ਕਿਉਂਕਿ ਬੂਆ ਦੇ ਮੁੰਡੇ ਨਾ ਆਣਾ ਉਹਨਾਂ ਦਾ ਕਰਨਾ ਕਨੈਕਸ਼ਨ ਆ ਕੇ ਤੇ ਉਹਦੀ ਵੀ ਆਪਣੀ ਸ਼ੋਪ ਹੈ ਕੀਰਤਪੁਰ ਸਾਹਿਬ ਤੇ ਬਾਕੀ ਜਿਹੜਾ ਵੀ ਮੜਾ ਮੋਟਾ ਕੰਮ ਹੋਇਆ ਉਹਦੇ ਕਰਾ ਸਕਦੇ ਤੁਸੀਂ ਤੇ ਉਹਨਾਂ ਵੀ ਆਪਣੀ ਦੁਕਾਨ ਕੱਲੂ ਖੋਲਣੀ ਤਾਂ ਕਰਕੇ ਆਪਾਂ ਅੱਜ ਕਰ ਦੇਣਾ ਤੇ ਪੇਟੀ ਕਿ ਆਵਾ ਛੋਟਾ ਭਰਾ ਲਿਹਾਨ ਤੇ ਮੈਂ ਵੀ ਹੁਣੇ ਆਇਆ ਨੂਰਪੁਰ ਤੇ ਤਾਂ ਆਪਾਂ ਹੋਰ ਕੋਈ ਸਮਾਨ ਲੈ ਕੇ ਆਏ ਤਾਂ ਉਹਨਾਂ ਪੇਟੀ-ਬੂਟੀ ਲੈ ਆਣਗੇ ਤੇ ਬਾਕੀ ਹੁਣ ਤੁਹਾਨੂੰ ਚਲਾ ਕੇ ਦੱਸਦੇ ਆ ਤਾਂ ਜਾਏਗੀ ਧੱਪਰ ਨੂੰ ਉਹ ਦੇਖੋ ਕਰੀ ਬੰਦ ਬੰਦ ਕਰਕੇ ਚਲਾਈ ਇੱਕ ਵਾਰ ਇਹ ਆ ਇੱਕ ਚਲਾਈ ਆ ਕਰੋ ਚੈੱਕ ਪਲੇਨ ਪਲੇਨ ਕਿੰਨੀ ਸੋਹਣੀ ਲੱਗਦੀ ਰਾਤ ਨੂੰ ਤਾਂ ਐਂਡ ਆ ਹੁੰਦੀ ਜਾਲਾ ਇੱਥੇ ਤੱਕ ਲਾਈਟ ਪੁੱਜਦੀ ਈ ਦੀ ਰਾਤ ਨੂੰ ਵਧੀਆ ਓਕੇ ਦੀ ਰਿਪੋਰਟ ਈ ਦਾ ਕਨੈਕਸ਼ਨ ਕੀਤਾ ਏ ਜਿਹੜੀਆਂ ਫਾਸਟ ਲਾਈਟ ਜੀ ਨੂੰ ਕਹਦੀ ਏ ਤੇ ਅਸੀਂ ਆਪਾਂ ਪੀੜੀਆ ਲਾਈਟਾਂ ਜਗਾਈਏ ਮੋਰਲੀਆ ਫਰੰਟ ਦੀ ਫਾਸਟ ਲਾਈਟ ਜਿਹੜੀ ਜਗਦੀ ਉਹਦੇ ਨਾਲ ਈ ਦਾ ਕਨੈਕਸ਼ਨ ਕੀਤਾ ਤਿੰਨ ਲਾਈਟਾਂ ਹੁੰਦੀਆਂ ਆ ਫੁੱਲ ਤੇ ਉਦੋਂ ਘੱਟ ਤੇ ਉਦੋਂ ਘੱਟ ਤਿੰਨਾਂ ਨਾਲੇ ਚੱਲਣੀ ਏ ਤੇ ਬਾਕੀ ਦਾ ਕਨੈਕਸ਼ਨ ਕਿਤੇ ਵੀ ਵਾਇਰ ਦਾ ਪਤਾ ਨਹੀਂ ਲੱਗਦਾ ਵੀ ਕਸਮਾਣਾ ਕਿੱਦਾਂ ਕੀਤਾ ਵਾ ਵਿੱਚੋ ਵਿੱਚੋ ਕੀਤਾ ਵਾ ਤੇ ਇਹਦਾ ਕਨੈਕਸ਼ਨ ਇੱਥੋਂ ਤਾਰ ਵਸਾ ਕੇ ਨਾਲ-ਨਾਲ ਲਾ ਕੇ ਤੇ ਆਪ ਪਰੋ ਲੈ ਗਏ ਇਹ ਉਕਲ ਕੱਢੀ ਵੀ ਤੇ ਜਿੱਥੇ ਇਹ ਬੈਟਰੀ ਬਾਕਸ ਤੇ ਆ ਉਹਦੇ ਉੱਪਰ ਪਰੋ ਲੈ ਕੇ ਬੈਟਰੀ ਨਾਲ ਨਿਕ ਨਿਕ ਕੀਤਾ ਵਾ ਕਨੈਕਸ਼ਨ ਤੇ ਕਨੈਕਸ਼ਨ ਕੀਤਾ ਵਾ ਫਿਊਜ ਨਾਲ ਤੇ ਬਾਰੋ-ਬਾਰ ਸਮਝਾ ਦਿੰਦਾ ਤੇ ਇੱਥੋਂ ਸਿੱਧੀ ਜਾ ਕੇ ਇੱਥੋਂ ਇਹ ਤਾਂ ਬੈਟਰੀ ਹੈ ਇਹਦੀ ਬੈਟਰੀ ਕਾਫੀ ਥੱਲੇ ਨੂੰ ਜਾ ਕੇ ਹੈ ਇਹਦੀ ਤਾਂ ਬੈਟਰੀ ਤੋਂ ਇਧਰ ਨੂੰ ਕਰਤੀ ਵੀ ਤਾਰ ਤੇ ਤਾਰ ਇਹਦੇ ਥਰੂ ਨਹੀਂ ਇੱਥੋਂ ਲੈ ਕੇ ਇਹਦੇ ਨਾਲ-ਨਾਲ ਇਹਦੇ ਵਿੱਚ ਸਕੰਜਾ ਜਿਹਾ ਆਏ ਜਿਹੜਾ ਤੁਹਾਨੂੰ ਦੱਸਿਆ ਤਾਂ ਵੀ ਜਿਹੜਾ ਵਿੰਗਾ ਜਿਹਾ ਹੋ ਗਿਆ ਵਾ ਉਹਦੇ ਨਾਲ-ਨਾਲ ਤੇ ਲੈ ਕੇ ਉਹ ਕਰਤੀ ਵੀ ਆ ਦੇ ਕੁਤਾਰ ਆ ਫਿਊਜ ਬਾਕਸ ਹੈ ਇਹਦੇ ਨਾਲ ਲੱਤੀ ਵੀ ਤੇ ਕੰਮ ਓਕੇ ਦੀ ਰਿਪੋਰਟ ਹੈ ਸਵਿਚ ਨਹੀਂ ਲਾਣਾ ਪਿਆ ਇਹਦੇ ਵਾਸਤੇ ਚਾਬੀ ਕਮਾਓ ਤੇ ਲਾਈਟ ਦਾ ਪਹਿਲਾਂ ਕਰੋ ਚਾਹ ਕੋ ਚੱਲ ਬਹੁਤ ਵਧੀਆ ਲੱਗਦੀ ਲਾਈਟ ਦੇਖ ਤੇ ਬਾਕੀ ਜਿਹੜੇ ਓਵਲ ਖੋਲੇ ਵੇ ਉਹ ਦੇਖੋ ਕਿਦਾ ਸੁੱਕੀ ਸੁੱਕੀ ਜਿਹੀ ਲੱਗਦੀ ਤੇ ਛਤਰੀ ਜਿਹੜੀ ਫਾਈਬਰ ਦੀ ਐ ਹੁੱਡ ਓਣੀਆਂ ਜਾਂ ਲਾਣੀ ਹੋਲੇ ਮੱਲੇ ਦੇ ਨੇੜੇ ਲਵਾਵਾਂਗੇ ਕਿਉਂਕਿ ਹੁਣ ਜਦੇ ਕੰਮ ਕਰਾਣਾ ਦਾ ਆਪਾਂ ਤੇ ਪਲੇਅਰ ਖਰਾਬ ਹੋ ਗਿਆ ਬੇਸਾ ਬੂਸਾ ਪਈਆਂ ਦੀ ਬੇਸਾ ਹੁਣ ਸੋ ਲਈ ਕਾਫੀ ਟਾਈਮ ਹੋ ਗਿਆ ਬੇਸਾ ਸੁਣੇ ਉਹਦਾ ਟਰੈਕਟਰ ਪਰ ਡੈਕ ਸੁਣੇ ਨੂੰ ਵੀ ਕਾਫੀ ਟਾਈਮ ਹੋ ਗਿਆ ਘੱਟੋ ਘੱਟ 3 ਹਫ਼ਤੇ ਹੋ ਗਏ ਹੁਣ ਬੰਦੇ ਦਾ ਡੈਕ ਪਲੇਅਰ ਖਰਾਬ ਹੋ ਗਿਆ ਤਾਂ ਤੇ ਵੇਗਰ ਕੁਝ ਕੰਮ ਵੀ ਤਾਂ ਕਾਫੀ ਜਿਦਾ ਕਿ ਅੱਜ ਕਰੀਏ ਕੰਮ ਅੱਜ ਕਰੀਏ ਤਾਂ ਫਾਈਨਲੀ ਅੱਜ ਫਰੀ ਹੈ ਤੇ ਅੱਜ ਫਰੀ ਹੈ ਤੇ ਅੱਜ ਕਰ ਦੇਣਾ ਹੈ ਤੇ ਬਾਕੀ ਜਿਹੜੀ ਇਹਦੀ ਵੈਰਿੰਗ-ਵੋਰਿੰਗ ਉੱਪਰ ਉਹ ਸਿੱਧੀ ਵਿੱਚ ਤੇ ਪੈ ਬਰਾਹੀਂ ਪਾਣੀ ਆ ਜੂ ਦੇ ਵਿੱਚ ਬਾਹਰ ਤੇ ਨਹੀਂ ਰੱਖਣੀ ਉਹ ਸੋਹਣੀ ਨਹੀਂ ਲੱਗਦੀ ਤੇ ਪਿੱਛੇ ਤੇ ਲੋਕ ਨੂੰ ਠੀਕ ਲੱਗਦੀ ਤਾਂ ਛਤਰੀ ਖੋਲ ਦੇਣੀ ਓਨਲੀ ਪੇਟੀ ਦੇ ਨਾਲੇ ਲਾਣਾ ਪੇਟੀ ਜਿਹੜੀ ਪਿਛਲੇ ਟਰੈਕਟਰ ਦੀ ਉਹ ਨਹੀਂ ਲਾਣੀ ਨਾਵੇਂ ਲੱਗਣੀ ਪੇਟੀ ਇਹਨੂੰ ਉਹ ਤੁਹਾਨੂੰ ਦੱਸ ਦੰਦੇ ਉਹ ਅਗਲੇ ਬਲੌਗ ਦੇ ਵਿੱਚ ਦੇਖਣ ਨੂੰ ਮਿਲੂਗੀ ਜਿਹੜੀ ਨਵੀਂ ਪੇਟੀ ਹੈ ਤੇ ਬਾਕੀ ਜਿਹੜੀ ਦੂਈ ਪੇਟੀ ਹੈ ਪੁਰਾਣੇ ਟਰੈਕਟਰ ਦੀ ਇੱਕ ਵਾਰੀ ਪਰ ਲਾ ਕੇ ਦੇਖਦੇ ਕਿੰਦਾ ਦੀ ਲੱਗਦੀ ਲੱਗਣੀ ਤਾਂ ਐ ਨਹੀਂ ਕਿਉਂਕਿ ਉਹਦੀ ਚੜਾਈ ਨਾਲੇ ਇਹ ਜੂ ਦੀ ਚੜਾਈ ਬੋ ਫਰਕ ਹੈ ਤਾਂ ਕੋਟੋ ਕੱਟ 5-6 ਇੰਚ ਦਾ ਫਰਕ ਹੈ 5 6 ਇੰਚ ਦਾ ਫਰਕ ਤਾਂ ਕਰਕੇ ਆਪਾਂ ਇਹਦਾ ਉਹੀ ਲਾ ਦੇਣੀ ਸੀ ਤਾਂ ਕਰਕੇ ਨਵੀਂ ਬਣਾਣੀ ਤੇ ਉਹ ਵੀ ਬੇਟੀ ਜਾਣੀ ਤੁਹਾਨੂੰ ਦੱਸਦੇ ਕਿੰਨੀ ਇੰਚ ਹੈ ਤਾਂ ਸਰਪ੍ਰਾਈਜ਼ ਅਗਲੇ ਬਲੌਗ ਚ ਦੇਖਣ ਨੂੰ ਮਿਲੂਗਾ ਤੇ ਬਾਕੀ ਦੂਈ ਜਿਹੜੀ ਪੇਟੀ ਆ ਲਾ ਕੇ ਇੱਕ ਵਾਰ ਦੇਖ ਲਈਏ ਵੀ ਕਿੱਦਾਂ ਦੀ ਲੱਗਦੀ ਪੇਟੀ ਜਿਹੜੀ ਪੁਰਾਣੇ ਟਰੈਕਟਰ ਪਰ ਵੀ ਕਿੰਨੀ ਲੰਬੀ ਹੈ ਕਿਉਂਕਿ ਇੱਕ ਵਾਰ ਵੀ ਨਹੀਂ ਲਾਈ ਵੀ ਤੇ ਨਾਲ ਮੇਣ ਕੇ ਦੇਖਿਆ ਪਤਾ ਤਾਂ ਚਲੋ ਦੇਖਦੇ ਹਾਂ ਲੋ ਹੋਏ ਗਾਇਸ ਪੇਟੀ ਚੱਕ ਲਈਏ ਕਮਰੇ ਚ ਪਈ ਉੱਥਾ ਵੀ ਖਲਾਰਾ ਕਾਫੀ ਪਿਆ ਪਤਾ ਤੇ ਥੋੜੀ ਜਿਹੀ ਸਫਾਈ ਕੀਤੀ ਉੱਥੇ ਤੇ ਆ ਦੇਖੋ ਖਲਾਰਾ ਹੀ ਖਲਾਰਾ ਤੇ ਜਿਆਦਾ ਘਸਮਾਣਾ ਪਾਣੀ ਨਾ ਪਾਇਆ ਪਤਾ ਦੇਖੋ ਇੰਨੀ ਕਿ ਸਫਾਈ ਆ ਸਾਰਾ ਵਿਲਾ ਵਿਲਾ ਹੀ ਆ ਹੁਣ ਤੇ ਬេសਾ ਵੀ ਓਇਲਾਣੀ ਹੈ ਜਿਹੜੀ ਜੇਵੀਐਲ ਦੀ ᱛੀਆਂ 1200 ਇੱਕ 1400 ਵੜਦੀ ਹੈ 1200 1400 ਦੀ ਹੈ 1500 ਚਲ ਦੇਖਦੇ ਕਿਹੜੀ ਹੈ 1400 ਜਾਂ 1500 ਤੇ ਇਹ ਦੋ ਹੀ ਵੇਸਾ ਲਾਣੀ ਆ ਸਪੀਕਰ ਆਈ ਲਾਣੇ ਚਾਰ ਸਪੀਕਰ ਲਾਣੇ ਦੋ ਉਹ ਵੀ ਲਿਆਣੇ ਨਾਵੇਂ ਤੇ ਬਸ ਅੱਜ ਕਰ ਦੇਣਾ ਵਾਇਰਿੰਗ ਵੀ ਆ ਕਾਫੀ ਆਣੀ ਤੇ ਪੇਟੀ ਆ ਪਈ ਪੇਟੀ ਦਾ ਸਾਰਾ ਕਵਰ ਕੁਵਰ ਖੋਲਤੇ ਤੇ ਅੜਜਾ ਚਕਾਉਂਦਾ ਮੈਂ ਪੱਲੇ ਪੁੱਲੇ ਬਸ ਪੇਟੀ ਇਹਦੇ ਚੱਕ ਕੇ ਉੱਥੇ ਲਾ ਕੇ ਦੇਖਣੀ ਤੇ ਹੁਣ ਆਪਾਂ ਦੋਏ ਜਾਣੇ ਮੈਂ ਤੇ ਕੀਰਤ ਤੇ ਬਾਸੁੱਤਰ ਇੱਕ ਵਾਰ ਲੈ ਕੇ ਨਾ ਉੱਪਰ ਟਿਕਾ ਕੇ ਦੇਖ ਲਈ ਕਿਸੇ ਟਾਂਗ ਨਾਲ ਫਿਰ ਉਹਨੂੰ ਦੱਸ ਦੇ ਕਿਉਂਕਿ ਦੋਏ ਜਾਣੇ ਕੈਮਰਾ ਫਾੜਨੇ ਨੂੰ ਕੋਈ ਹੈ ਨਹੀਂ ਤੇ ਜਾ ਦੇਖਦੇ ਆ ਜਿੱਦਾਂ ਕੀ ਪੱਲੇ ਪੱਲੇ ਦੀ ਡਿਜ਼ਾਈਨਿੰਗ ਕੀਤੀ ਸੀ ਉਹ ਦੇਖਦੇ ਆ ਕਰਦੇ ਆ ਕਿ ਨਹੀਂ ਕਿਉਂਕਿ ਇਹ ਛਤਰੀ ਜੇ ਛਤਰੀ ਲੱਗੀ ਹੁੰਦੀ ਫਿਰ ਸੋਹਣੀ ਲੱਗਣੀ ਥੀ ਆ ਬਾਕੀ ਦੇਖਦੇ ਜਿੱਦਾਂ ਵੀ ਹੋਗੇ ਅੱਗਾ ਅੱਗਾ ਤੁਹਾਨੂੰ ਦੇਖਣ ਮਿਲੀ ਜਾਊਗਾ ਚਲੋ ਫਿਰ ਇੱਕ ਵਾਰ ਚੱਕ ਕੇ ਲਈਏ ਰੋ ਗਾਈਸ ਚੈੱਕ ਬਾਕੀ ਜੇ ਕਾਫੀ ਫਰਕ ਹੈ ਉਹ ਦੇਖੋ ਉੱਪਰ ਘਟੋ ਘਟ 4-5 ਇੰਚ ਫਰਕ ਹੈ ਐਂਡ ਪਰ ਤੱਕ ਨਹੀਂ ਲੱਗੀ ਦੇਖੋ ਆ ਕਿੰਨੀ ਥੋੜੀ ਲਾਦੀ ਹਾਂ ਹਾਂ ਐਂਡ ਪੂਰੀ ਪੈ ਗਈ ਹਾਂ ਦੇਖੋ ਕਿੰਨੀ ਥੋੜੀ ਲਾਦੀ ਬੇਟੀ ਤੇ ਗੈਪ ਕਰਕੇ ਨਹੀਂ ਲਾਣੀ ਆ ਦੇਖੋ ਕਿੰਨਾ ਗੈਪ ਹੈ 4 ਇੰਚ ਇਧਰ ਗੈਪ ਹੈ 3 ਇੰਚ ਇਧਰ ਸਿੱਧਾ 4 ਇੰਚ ਦਾ ਗੈਪ ਹੈ ਸੱਤ ਸੌਰੀ ਤੇ ਬਾਕੀ ਕਰੋ ਚੈਕ ਪਿੱਛੇ ਬਹੁਤ ਸੋਹਣੀ ਲੁੱਕ ਲੱਗਦੀ ਬਾਕੀ ਉਹ ਪੇਟੀ ਨਾਲ ਦਾ ਐਂਡੇ ਲੱਗ ਜਣੀ ਗੱਲ ਬਾਤ ਕਹੂੰਗੇ ਅਰਜਨ ਪਰ ਪੇਟੀ ਦਾ ਬੰਬੇ ਚੀਜ਼ ਹੈ ਆ ਦੇਖੋ ਚਲੋ ਫਿਰ ਕਰਦੇ ਹੁਣ ਆਪਾਂ ਇਹਨੂੰ ਪੇਟੀ ਲਾ ਲਈਏ ਫਿਰ ਬਾਕੀ ਸਮਾਨ ਦੀ ਸਰਟੀਫਾਈਂਗ ਕਰਦੇ ਆ ਤੇ ਇਸ ਬਲੌਗ ਨੂੰ ਕਰਦੇ ਆ ਇੱਥੇ ਐਂਡ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤੇ ਬਲੌਗ ਅਗਲੇ ਵੀ ਵੋਕੇਟ ਆਣਗੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਬਾਏ